ਅੱਜ 50 ਦਿਨ ਹੋ ਗਏ ਪੰਜਾਬ ਦੇ ਵਿੱਚ ਲੋਕਾਂ ਦੀ ਸਰਕਾਰ ਬਣੀ ਨੂੰ। 50 ਦਿਨਾਂ ਦੇ ਵਿੱਚ ਅਸੀਂ ਬਹੁਤ ਵੱਡੇ ਵੱਡੇ ਫੈਸਲੇ ਲਏ, ਲਾਗੂ ਵੀ ਕੀਤੇ। ਅੱਜ 50ਵੇਂ ਦਿਨ ਇੱਕ ਬਹੁਤ ਖੁਸ਼ਖਬਰੀ ਪੰਜਾਬੀਆਂ ਨਾਲ ਸਾਂਝੀ ਕਰਨੀ ਹੈ ਕਿ 26,454 ਨੌਕਰੀਆਂ ਦਾ ਇਸ਼ਤਿਹਾਰ ਜਿਹੜਾ, ਨੋਟੀਫਿਕੇਸ਼ਨ ਜਿਹੜਾ, ਉਹ ਅੱਜ ਅਖਬਾਰਾਂ ਦੇ ਵਿੱਚ ਪ੍ਰਕਾਸ਼ਿਤ ਹੋਇਆ। ਤੁਸੀਂ ਪੰਜਾਬੀ, ਹਿੰਦੀ, ਅੰਗਰੇਜ਼ੀ ਦੇ ਕਿਸੇ ਵੀ ਅਖਬਾਰ ਦੇ ਵਿੱਚ ਵੱਖ ਵੱਖ ਮਹਿਕਮਿਆਂ ਦੇ ਅਸਾਮੀਆਂ ਦੇ ਇਸ਼ਤਿਹਾਰ ਦੇਖ ਸਕਦੇ ਹੋ, ਅਤੇ ਜੇ ਤੁਸੀਂ ਖੁਦ ਅਪਲਾਈ ਕਰਨਾ ਕਰ ਸਕਦੇ ਹੋ, ਡਿਗਰੀ ਮੁਤਾਬਕ ਨੌਕਰੀ ਮਿਲੂਗੀ, ਕੋਈ ਸਿਫਾਰਿਸ਼ ਜਾਂ ਕੋਈ ਰਿਸ਼ਵਤਖੋਰੀ ਨਹੀਂ ਚੱਲੂਗੀ। ਬਿਲਕੁਲ ਟਰਾਂਸਪੇਰੈਂਟ ਤਰੀਕੇ ਨਾਲ, ਪਾਰਦਰਸ਼ ਤਰੀਕੇ ਨਾਲ ਜਿਹੜਾ ਇਹ ਭਰਤੀ ਹੋਊਗੀ, ਕਿਉਂਕਿ ਅਸੀਂ ਵਾਅਦਾ ਕੀਤਾ ਸੀ ਕਿ ਹਰੇ ਰੰਗ ਦਾ ਪੈੱਨ ਜੇ ਲੋਕਾਂ ਨੇ ਸਾਨੂੰ ਦਿੱਤਾ ਤਾਂ ਉਹ ਲੋਕਾਂ ਦੇ ਹੱਕ 'ਚ ਚੱਲੂਗਾ। ਲੋਕਾਂ ਦੇ ਚੁੱਲ੍ਹਿਆਂ ਦੀ ਅੱਗ ਜਿਹੜੀ ਬੁਝਦੀ ਜਾਂਦੀ ਹੈ ਉਹਨੂੰ ਅਸੀਂ ਬਚਾਉਣਾ। ਸੋ 26,454 ਨੌਕਰੀਆਂ ਜਿਹੜੀਆਂ ਕੱਢੀਆਂ ਨੇ, ਆਉਣ ਵਾਲੇ ਦਿਨਾਂ 'ਚ ਹੋਰ ਵੀ ਬਹੁਤ ਸਾਰੀਆਂ ਨੌਕਰੀਆਂ, ਹੋਰ ਵੀ ਬਹੁਤ ਸਾਰੇ ਪ੍ਰਾਈਵੇਟ ਸੈਕਟਰ 'ਚ, ਸਰਕਾਰੀ ਸੈਕਟਰ 'ਚ ਨੌਕਰੀਆਂ ਜਿਹੜੀਆਂ ਨੇ ਉਹਨਾਂ ਦੇ ਇਸ਼ਤਿਹਾਰ ਵਗੈਰਾ ਆਉਂਦੇ ਰਹਿਣਗੇ। ਮੈਂ ਤੁਹਾਡੇ ਹੱਕ 'ਚ ਕੰਮ ਕਰ ਰਿਹਾ, ਮੈਂ ਜਿਹੜਾ ਵੀ ਫੈਸਲਾ ਲੈਣਾ ਮੈਂ ਲੋਕਾਂ ਦੇ ਹੱਕ ਵਾਸਤੇ ਲੈਣਾ। ਇਸ ਤੋਂ ਪਹਿਲਾਂ ਜੋ ਹੋਇਆ ਬਹੁਤ ਤਾਣੀ ਉਲਝੀ ਪਈ ਸੀ, ਉਹਨੂੰ ਵੀ ਠੀਕ ਕਰਦੇ ਆ ਜਾਂਦੇ ਹਾਂ ਅਸੀਂ। ਤੁਹਾਡਾ ਸਹਿਯੋਗ ਚਾਹੀਦਾ।